ਤੁਹਾਨੂੰ ਦੱਸੀ ਜਾਂਦਾ ਇੱਕ ਮੁਰਗੀ ਤੋਂ ਲੈ ਕੇ ਬੱਕਰੀ ਮੱਝ ਕੋਠਾ ਢਹਿ ਗਿਆ ਮੱਝਾਂ ਵਾਲਾ ਬਾੜਾ ਢਹਿ ਗਿਆ ਜੀਰੀ ਮਰ ਗਈ ਜੀਰੀ ਦੁਬਾਰੇ ਲਾਉਣੀ ਪੈ ਗਈ ਨਹੀਂ ਲੱਗੀ ਉਹ ਵੀ ਮਰ ਗਈ ਪੈਸੇ ਦੇਊਂਗਾ ਕੱਲੇ ਕੱਲੇ ਕਿੱਲੇ ਦੇ ਪੈਸੇ ਦੇਊਂਗਾ दो साल कमाई खाधी फिर भाणा दूर गया फसल दरिया जो दाखिल हो गए पै गया ਇਹ ਤੋੜ ਕੇ ਸਾਰਾ ਪਿੰਡ ਤੱਕ ਸਾਡੇ ਨੁਕਸਾਨ ਕੀਤਾ ਨੇ ਇਹਨਾਂ ਦਾ ਸਾਡਾ ਇਹ ਟੁੱਟਾ ਨਹੀਂ ਅਗਲੇ ਬੰਦੇ ਸਾਡੀ ਜ਼ਮੀਨਾਂ ਦੀ ਵੀ ਦਿੱਤਾ ਪਾਤੀ ਆ ਕੋਈ ਨਹੀਂ ਸਿਰਫ ਉਹ ਜਿਹੜੇ ਪਾਗਲੇ ਕੇ ਵਿਚਾਰੇ ਜਿੰਨਾ ਕੁ ਉਹਨਾਂ ਕੋ ਹੁੰਦਾ ਉਨੀ ਕੁ ਸਹੂਲਤ ਕਰਨਦੇ ਆ ਬਾਕੀ ਸਰਕਾਰ ਵੱਲੋਂ ਕੋਈ ਵੀ ਸਹੂਲਤ ਇਹ ਤੀਕਰ ਨਹੀਂ ਪਹੁੰਚੀ ਨਾ ਇਹ ਤੀਕਰ ਇੱਥੇ ਕੋਈ ਮੰਤਰੀ ਆਇਆ ਵਾ ਅੱਛਾ ਤੇ ਕੀ ਹੋਣਾ ਹਾਲਾਤ ਕੀ ਬਣੇ ਪਏ ਜ਼ਮੀਨਾਂ ਦੇ ਜੀ ਲਾਹ ਵੀ ਇਹਨੂੰ ਵਿੱਚ ਨਦੀ ਦਾ ਘਰ ਰੇਤਾ ਨਦੀ ਪੈ ਗਈ ਆ ਟੂਟੀ ਵੀ ਬਣ ਗਿਆ ना तो कोई मंत्री सार लेने आ ते ना ही कोई अफसर पहुंचा ए बोलने हड़ां दे मारे सरहदी पिंड मुठियावाला च रहिंदे लोकां दे दरअसल पिछले दिनी हरी के हेड वल्लों सतलुज दरिया च छड्डे पानी दे कारण जिथे किसानां दीआं हजारां एकड़ फसलां पशुआं दा चारा सब्जियां बुरी तरह बर्बाद हो गईयां उथे हुण इस पिंड च किसानां नूं पानी दे नाल ऐसी मार पई है कि जमीनां दे विच 10-10 फुट डूंघे टोए पै गए ने ते 3-3 फुट रेता जमीनां च भर गया पीड़ित किसानों ने मौजूदा सरकार से जम के भड़ास कढ़ी है उन्होंने कहा कि वन कोल ही सरकार के नुमाइंदे पहुंचे तो फोटो खिंचवा के चले गए उन्होंने कोई भी अधिकारी सार लैन नहीं पहुंचा ते ना ही सरकार दे वल्लों उन्हां दी कोई हुण तक मदद की गई है जिन्नी जायदा जमीन भी इधर मुश्किल बहुत वड्डी है ए बेड़ियां सरकार ने लेके दित्तियां नहीं जी ये जिहड़ी बेड़ी है बी एफ आई दी कोई सरकार की बेड़ी नहीं ना कोई सरकार ने दिता ना कोई देता फोटो लवा के चले जाते उन्होंने फायदा कुछ होंगे ये पहला राह है रस्ता जी पक्का बदा है आप पोल सीगा नहीं जी आर जी बदा थले पोरे पाके पोरे पाके आर जी पोल बनया सीगा ये पक्का आज तो अहीं जदों दी 40-45 फड़े ते उदी लंघदे आ ते टुटा किवें हुण टुटा हुण ए फसल इधर दरिया दे पाणी नाल जदों आ पाणी आया जदों उदों दाखल हो गए इहदे च पै गया ये तोड़ के सारा पिंड तक साडे नुकसान कीता इहनां इहनां दा साडा ए टुटा नहीं अगले बंदे साडी जमीनां दी भी देता पाती आ ਕਿੰਨਾ ਕੁ ਜ਼ਮੀਨਾਂ ਦਾ ਨੁਕਸਾਨ ਜ਼ਮੀਨਾਂ ਦਾ ਵੇਖੋ ਜੀ ਜਦੋਂ ਪਾਣੀ ਲੱਥੂਗਾ ਸਾਨੂੰ ਤਾਂ ਇਹ ਜਾਪਦਾ ਵੀ ਕੋਈ ਜੇ 1500 ਏਕੜਾਂ ਦੇ ਕੋਈ 500 ਜੀ ਲੈ ਜੇ 400 ਦੇ ਜੇ ਬਾਕੀ ਸਾਰੀ ਉੱਡ ਜਾਣੀਆਂ ਹੋਰ ਵੀ ਕਈ ਥਾਵਾਂ ਤੇ ਵੇਖਿਆ ਰੇਤਾ ਪਈ ਫਸਲਾਂ ਦੇ ਵਿੱਚ ਤੇ ਫਸਲਾਂ ਕਈਆਂ ਥਾਵਾਂ ਤੋਂ ਰੇਤਾ ਕਾਰਨ ਕਈ ਫਸਲਾਂ ਵੀ ਖਰਾਬ ਹੋ ਚੁੱਕੀਆਂ ਨੇ ਕੋਈ ਫਸਲਾਂ ਤਾਂ ਹੋ ਗਈਆਂ ਸਾਡੇ ਘਰ ਬਾਅਦ ਵੀ ਨੁਕਸਾਨੇ ਗਏ ਆ ਅਗਲੀ ਆਫ ਹੀ ਨਹੀਂ ਸਾਨੂੰ ਵੀ ਜ਼ਮੀਨ ਤੇ ਅਸੀਂ ਕਣਕ ਬੀਜ ਲਾਂਗੇ ਕੋਈ ਸਰਕਾਰ ਦਾ ਨੁਮਾਇੰਦਾ ਜਾਂ ਪ੍ਰਸ਼ਾਸਨ ਨੇ ਆਇਆ ਤੁਹਾਡੇ ਕੋਲ ਅਜੇ ਤੱਕ ਉਹਨੂੰ ਜੀ ਆਈ ਸਾਰੇ ਜਾਂਦੇ ਫੋਟੋ ਲਵਾ ਕੇ ਜਾਂਦੇ ਕੋਈ ਇੱਥੇ ਸਹੂਲਤ ਨਹੀਂ ਜਿਹੜੀ ਸਾਨੂੰ ਮੇਨ ਸਹੂਲਤਾਂ ਚਾਹੀਦੀਆਂ ਉਹ ਨਾ ਮਿਲਣੀਆਂ ਨਾ ਮਿਲ ਸਕਦੀਆਂ ਨਾ ਸਰਕਾਰਾਂ ਨੇ ਸਾਡੀ ਗੁਬਾਹ ਫੜਨੀ ਕੀ ਮੰਗ ਕੀ ਸਹੂਲਤਾਂ ਜੀ ਤੁਹਾਡੀ ਸਾਡੀ ਮੰਗ ਇਹ ਆ ਵੀ ਸਾਡੀ ਆਵਾਜ਼ ਉਠਾਈ ਜਾਵੇ ਜਿਨ੍ਹਾਂ ਦੀ ਜ਼ਮੀਨ ਖਰਾਬ ਹੋਈ ਉਹਨਾਂ ਜ਼ਮੀਨ ਦਾ ਵੀ ਸਰਕਾਰ ਬਣਵਾ ਕੇ ਮਿੱਟੀ ਕਟਾਇਲਾ ਵਿੱਚੋਂ ਦੇਤਾ ਕਢਵਾਵੇ ਜਿਹੜਾ ਕੋਈ ਕਰਜ਼ਾ ਉਹਨਾਂ ਦਾ ਉਹ ਵੀ ਮਾਫੀ ਕੀਤੀ ਜਾਵੇ ਜਿਹੜਾ ਕੋਈ ਬੱਚਿਆਂ ਦੀ ਪੜ੍ਹਾਈ ਆ ਲਿਖਾਈ ਫਾਂਜੀ ਉਹ ਵੀ ਆਉਂਦੇ ਇੰਨੇ ਪੈਸੇ ਦੇ ਕੇ ਜਾਂਦੇ ਬੱਚੇ ਵੀ ਘਰੇ ਬਹਿ ਗਏ ਆ ਅਤੇ ਜਿਹੜੀ ਵੱਡੀਆਂ ਮੁਸ਼ਕਲਾਂ ਸਾਨੂੰ ਰਸਤੇ ਦੀਆਂ ਉਹ ਵੀ ਬਹੁਤ ਜ਼ਿਆਦੀਆਂ ਮੁਸ਼ਕਲਾਂ ਜੀ ਬਾਰਡਰ 'ਤੇ ਬੈਠੇ ਆ ਇਹਦੋਂ ਅੱਗੇ ਨਾ ਕੋਈ ਪਿੰਡ ਨਾ ਕੋਈ ਪੀੜ ਇੱਧਰ ਬਾਰਡਰ ਲੱਗ ਗਿਆ ਨਾਲ ਵਿਧਾਇਕ ਤਾਂ ਕਹਿੰਦੇ ਕਿ ਅਸੀਂ ਸਾਰਿਆਂ ਦੇ ਪਿੰਡਾਂ ਦੇ ਵਿੱਚ ਘਰਾਂ ਦੇ ਲੋਕਾਂ ਦੇ ਜਾਣਦੇ ਆ ਉਹਨਾਂ ਨੂੰ ਸਹੂਲਤਾਂ ਦੇ ਦਿੰਦੇ ਦੇਖੋ ਜੀ ਜਾਣ ਨੂੰ ਤਾਂ ਨਾ ਕਿ ਫੋਟੋ ਲਵਾ ਕੇ ਘਰੇ ਚਲੇ ਜਾਓ ਤਾਂ ਉਹਦੇ ਨਾਲ ਸਹੂਲਤ ਥੋੜ੍ਹੀ ਮਿਲ ਜਾਣੀ ਸਾਨੂੰ ਦੱਸਾਂ ਕੀ ਸਹੂਲਤ ਦਿੱਤੀ ਕਿਸੇ ਨੂੰ ਕੋਠਾ ਪਾਇਆ ਕਿਸੇ ਦਾ ਜਾਂ ਕਿਸੇ ਦੀ ਕੋਈ ਪੈਲੀ ਉਹ ਰੇਤਾ ਪਈ ਕਿਸੇ ਨੂੰ ਕੋਈ 10,000 ਰੁਪਇਆ ਦੇ ਗਿਆ ਕੋਈ ਲੈ ਵੀ ਬੱਚਿਆਂ ਨੂੰ ਖਾ ਲਈ ਕੋਈ ਦਵਾਈ ਸਾਨੂੰ ਆਉਂਦੇ ਆ ਵੀ ਜਿਹੜੇ ਆਉਂਦੇ ਆ ਫਰਦਾਰ ਜੀ ਲੋਕਾਂ ਦੀ ਫੇਵਾ ਦੇ ਆ ਫੇਵਾ ਦੇ ਸਾਨੂੰ ਦਿੰਦੇ ਆ ਕੋਈ ਸਾਨੂੰ ਨਹੀਂ ਇਹਦਾ ਵੀ ਫਲਾਨਾ ਘੱਲਦਾ ਚਿਮੜਾ ਘੱਲਦਾ ਫੀਡ ਵੀ ਫੇਵਾ ਦੇ ਘੱਲਦੇ ਆ ਖਾਣਾ ਪੀਣਾ ਵੀ ਲੋਕਾਂ ਦਾ ਇਹ ਫੇਵਾ ਦੇ ਕਰਦੇ ਆ
ਸਰਕਾਰ ਕੋਲ ਫੋਟੋ ਤੋਂ ਬਿਨਾਂ ਕੋਈ ਲਾਵਾ ਤੋਂ ਗੱਲ ਨਹੀਂ ਜੀ। ਅਸੀਂ ਤਾਂ ਇਹ ਕਰਦੇ ਮੰਗ ਵੀ ਸਾਡੀ ਆਵਾਜ਼ ਉਠਾਈ ਜਾਵੇ, ਆ ਡਿਫੈਂਸਾਂ ਦੇ ਆਪਦੀ ਡਿਫੈਂਸ ਬੰਨਣ, ਜਿਹੜਾ ਸਾਡਾ ਤੋਂ ਨੁਕਸਾਨ ਲੋਕਾਂ ਦਾ ਸਰਕਾਰ ਬਾਂਹ ਫੜੇ। ਸਾਡਾ ਨਾਮ ਜੀ ਕਾਰ ਸਿੰਘ। ਕੀ ਗੱਲ ਹੋਈ ਆ ਵੀ ਜਿਹੜਾ ਏਡਾ ਪਾਣੀ ਪਾੜ ਪਿਆ ਪਾਣੀ ਦਾ ਜੀ? ਇਹ ਸਰ ਜੀ ਦਰਿਆ ਸਤਲੁਜ ਤੋਂ ਪਾਣੀ ਆਇਆ, ਉਹਨੇ ਆਣ ਕੇ ਸਾਰਾ ਜੋ ਵੀ ਹੈਗਾ ਪਾੜ ਪਾਏ ਆ। ਨਛੱਤਰ ਸਿੰਘ ਕਿਸਾਨ ਦੀ ਜ਼ਮੀਨ ਜਿਹੜੀ 4 ਕਿੱਲੇ ਆ ਸਾਰੀ ਖਰਾਬ ਕੀਤੀ ਆ। ਬਾਕੀ ਅਸੀਂ ਮੁੱਠਿਆਂ ਵਾਲੇ ਦੇ ਸਾਰੇ ਕਿਸਾਨ ਇਹੋ ਮੰਗ ਕਰਦੇ ਹਾਂ ਵੀ ਭਗਵੰਤ ਮਾਨ ਸੁੱਤੇ ਨੂੰ ਜਗਾਇਆ ਜਾਵੇ, ਜੋ ਕਿ ਉਹਦੇ ਤਾਂ ਆਵਾਜ਼ ਘੱਲੀ ਜਾਵੇ ਵੀ ਜੋ ਵੀ ਸਾਡੇ ਮਾਜਵੇ ਦਾ ਐਲਾਨ ਕੀਤਾ ਜਾਵੇ, ਜਿਹੜਾ ਖਰਾਬੇ ਦਾ ਮਾਜਵਾ ਵਾ ਉਹ ਸਾਨੂੰ ਚਿੱਕਾ ਰਾਹੀਂ ਦਿੱਤਾ ਜਾਵੇ, ਜੋ ਕਿ ਉਤਲੇ ਜਿੰਨੇ ਵੀ ਅਫਸਰ ਆ ਉਹ ਸਾਰੇ ਹੇਰਾਫੇਰੀ ਕਰਕੇ ਆਪਦੇ ਖਾਤਿਆਂ 'ਚ ਆਪਣੇ ਨੀਕ ਬੰਦੇ ਖਾਤਿਆਂ 'ਚ ਪਵਾ ਕੇ ਚਲੇ ਜਾਂਦੇ ਆ, ਸਾਡੇ ਤੀਕਰ ਕਿਸੇ ਦਾ ਖਰਾਬਾ ਨਹੀਂ ਪਹੁੰਚਦਾ। ਬਾਕੀ ਇਹ ਗੱਲ ਅਸੀਂ ਬਾਰਡਰ 'ਤੇ ਬੈਠੇ ਹਾਂ, ਪਹਿਲਾਂ ਇੱਕ ਤਾਂ ਬਾਰਡਰ ਦੀ ਮਾਰ ਆ, ਇੱਕ ਸਤਲੁਜ ਦਰਿਆ ਦੀ ਮਾਰ ਆ। ਲਾਲ ਜੀ ਭੁੱਲਰ ਨੂੰ ਵੀ ਜਗਾਇਆ ਜਾਵੇ, ਕਹਿਣ ਮੰਤਰੀ ਆ ਉਹਨੂੰ ਵੀ, ਸਾਡੇ ਮੁੱਠਿਆਲੇ ਦਾ ਜਿੰਨਾ ਵੀ 1800 ਏਕੜ ਜ਼ਮੀਨ ਖਰਾਬ ਹੋਈ ਆ ਉਹਦਾ ਖਰਾਬਾ ਭਗਵੰਤ ਮਾਨ ਤੋਂ ਲਿਆ ਕੇ ਇਹਨਾਂ ਸਾਰੇ ਕਿਸਾਨਾਂ ਨੂੰ ਦਿੱਤਾ ਜਾਵੇ ਅਤੇ ਇਹਨੂੰ ਸੁੱਤੇ ਨੂੰ ਜਗਾ ਦਿੱਤਾ ਜਾਵੇ। ਭਾਈ ਸਾਡੀ ਜ਼ਮੀਨ ਖਰਾਬ ਹੋਈ ਆ, ਇਹਨਾਂ ਨੂੰ ਕਿਸਾਨਾਂ ਨੂੰ ਮਾਜਵਾ ਦਵਾ ਅਤੇ ਭਗਵੰਤ ਮਾਨ ਸੁੱਤੇ ਨੂੰ ਜਗਾਓ ਵੀ ਇਹਨੂੰ ਆਣ ਕੇ ਸਾਡਾ ਜੋ ਵੀ ਕਿਸਾਨਾਂ ਦੀ ਜ਼ਮੀਨਾਂ ਦੇ ਖਰਾਬੇ ਹੋਏ ਆ ਉਹਦਾ ਐਲਾਨ ਕਰੇ। ਅਜੇ ਤੀਕਰ ਇਹਨੇ ਕੋਈ ਐਲਾਨ ਨਹੀਂ ਖਬਰਾਂ ਵਿੱਚ ਵੀ ਕੀਤਾ, ਕਿਤੇ ਵੀ ਨਹੀਂ ਕੀਤਾ। ਕੋਈ ਸਹੂਲਤ ਸਰਕਾਰ ਵੱਲੋਂ ਦਿੱਤੀ ਗਈ ਹੁੰਦਾ ਕਿ ਮੈਡੀਕਲ ਜਾਂ ਹੋਰ ਕੋਈ ਜਿਸ ਤਰ੍ਹਾਂ ਪਾਣੀ ਆ ਰਿਹਾ? ਕੋਈ ਨਹੀਂ, ਸਿਰਫ ਉਹ ਜਿਹੜੇ ਪਾਗਲੇ ਕੇ ਵਿਚਾਰੇ ਜਿੰਨਾ ਕੁ ਉਹਨਾਂ ਕੋਲ ਹੁੰਦਾ ਉਨੀ ਕੁ ਸਹੂਲਤ ਕਰਨ ਦੇ ਆ, ਬਾਕੀ ਸਰਕਾਰ ਵੱਲੋਂ ਕੋਈ ਵੀ ਸਹੂਲਤ ਅਜੇ ਤੀਕਰ ਨਹੀਂ ਪਹੁੰਚੀ, ਨਾ ਅਜੇ ਤੀਕਰ ਇੱਥੇ ਕੋਈ ਮੰਤਰੀ ਆਇਆ ਵਾ। ਉੱਥੇ ਬੰਨ ਤੋਂ ਹੀ ਫੋਟੋਆਂ ਲਵਾ ਕੇ ਉੱਥੋਂ ਪਿਛਾਂ ਦੀ ਪਿਛਾਂ ਚਲੇ ਜਾਂਦੇ ਆ, ਉਹਨਾਂ ਨੂੰ ਸਾਰਿਆਂ ਨੂੰ ਇਹੋ ਪਿਛਲਿਆਂ ਨੂੰ ਹੁੰਦਾ ਫੋਟੋ ਲਵਾ ਲਈਏ ਤਾਂ ਮੰਤਰੀਆਂ ਦਾ ਫੋਟੋ ਲਵਾ ਕੇ ਚੈਨਾ ਚਲਾ ਦੇਈਏ, ਅਸੀਂ ਬੜੀ ਮਤ ਕਰਨ ਦੇ ਆ। ਬਾਕੀ ਇੱਥੇ ਤੀਕਰ ਜਿੱਥੇ ਆਪਾਂ ਖੜੇ ਆ ਇੱਥੇ ਤੀਕਰ ਨਾ ਕੋਈ ਮੰਤਰੀ ਪਹੁੰਚਿਆ ਨਾ ਕੋਈ ਅਫਸਰ ਹੀ ਪਹੁੰਚਿਆ ਵਾ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਤਾਂ ਇਹੋ ਮੰਗ ਕਰਦੇ ਹਾਂ ਵੀ ਮੁੱਠਿਆਂ ਵਾਲੇ ਜਿੰਨਾ ਸਾਡਾ ਖਰਾਬਾ ਹੋਇਆ ਵਾ ਸਾਰਾ ਸਹੀ ਦੇ ਤਰੀਕੇ ਨਾਲ ਵੰਡਿਆ ਜਾਵੇ, ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਖਰਾਬ ਹੋਈ ਆ ਉਹਨਾਂ ਨੂੰ ਦਿੱਤਾ ਜਾਵੇ, ਜਿਹੜੇ ਪਿਛਲੇ ਬੈਠੇ ਆ ਭਲਾ ਉਹ ਇਹਨਾਂ ਵਿਚਾਰਿਆਂ ਦਾ ਤਾਂ ਹੂੰਝ ਕੇ ਲੈ ਜਾਣ, ਸਾਡੀ ਤਾਂ ਇਹੋ ਮੰਗ ਆ। ਭਾਅ ਜੀ ਆਪਣਾ ਜੀ ਸਰਵਿੰਦਰ ਸਿੰਘ ਜੀ, ਕਿੰਨਾ ਕੁ ਰਕਬਾ ਜਿਹੜਾ ਫਸਲ ਦਾ ਪਾਣੀ ਦੀ ਮਾਰ ਨਾਲ ਖਰਾਬ ਹੋਇਆ ਜੀ? ਇਹ ਸਾਡਾ 10 ਕਿੱਲੇ ਥਾਂ ਖਰਾਬ ਹੈ, ਕੱਲਿਆਂ ਕੱਲਿਆਂ ਦਾ, ਬਾਕੀ ਤਾਂ ਜ਼ਿਆਦਾ ਉੱਦਾਂ ਦੇ ਹਿਸਾਬ ਨਾਲ ਸਾਰਾ ਪਿੰਡ ਦਾ ਹੀ, ਜਿਹਦੇ ਘਰ ਨੂੰ ਜਾਓ ਉਹਦੇ ਵਾਲੇ 10-20 ਕਿੱਲੇ ਝੋਨਾ ਨੱਪਿਆ ਰੇਤਾਂ ਨਾਲ, ਅਤੇ ਜੋ ਇੱਥੇ ਜਿਉਂ ਅਸੀਂ ਨਾ ਬੰਨ ਨਾ ਬੰਨਦੇ ਆ ਮਾਰਦੇ, ਤੇਲ ਵੀ ਕਿਸੇ ਸਰਕਾਰ ਨੇ ਸਾਨੂੰ ਦਿੱਤਾ ਨਹੀਂ ਪਾਈਆ, ਅਤੇ ਆਪਦੇ ਕੋਲੋਂ ਅਸੀਂ ਲਾ ਕੇ ਖਪ ਪਾ ਗਏ ਅਤੇ ਸਾਰਾ ਬੰਨ ਪੀਤਾ। ਕੋਈ ਸਰਕਾਰ ਦਾ ਨੁਮਾਇੰਦਾ ਜਾਂ ਸਰਕਾਰ ਵੱਲੋਂ ਸਹੂਲਤ, ਕੋਈ ਮੈਡੀਕਲ ਸਹੂਲਤ ਤੁਹਾਡੇ ਲਈ ਪਹੁੰਚੀ ਹੁਣ ਤੱਕ? ਸਾਡੇ ਇੱਧਰ ਤਾਂ ਨਹੀਂ ਆਈਆਂ, ਅਤੇ ਬੰਨ 'ਤੇ ਜ਼ਰੂਰ ਆਉਂਦੇ ਰਹੇ ਆ ਉਹ ਵੱਡੇ ਤੇ, ਉੱਥੋਂ ਉਹ ਆ ਗਏ ਅਤੇ ਚਲੋ ਆਪਦਾ ਗੱਲਬਾਤ ਮਾਰ ਕੇ ਜਾਂਦੇ। ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ? ਅਸੀਂ ਤਾਂ ਸਾਡੀਆਂ ਪੈਲੀਆਂ ਜਿਹੜੀਆਂ ਇਸ ਰੇਤਾ ਰੂਤਾ ਚੁੱਕੀ ਜਾਵੇ, ਅਤੇ ਜਿਹੜੇ ਬੋਰ ਖਰਾਬ ਹੋਏ ਆ ਉਹਨਾਂ ਦੇ ਵਿੱਚ ਤਾਂ ਮੱਛੀ ਬੋਰ ਪਾਏ, ਉਹਨਾਂ 'ਚ ਉਹ ਦਰਿਆ ਦਾ ਪਾਣੀ ਵੜ ਗਿਆ, ਹੁਣ ਅੱਧਾ ਪੈਪ ਵੀ ਨਹੀਂ ਕੱਢਦੇ, ਅਤੇ ਜਿੱਧਰ ਨਹੀਂ ਚੜਿਆ ਉੱਥੇ ਪਾਣੀ ਚੜ੍ਹ ਗਿਆ ਸੇਮ ਦਾ ਕਈਆਂ ਥਾਵਾਂ 'ਤੇ। ਬਾਕੀ ਠੇਕੇ ਦਾ ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਦੱਸਦੇ ਕਿ ਜ਼ਮੀਨਾਂ 'ਚ ਲਗਵਾਈਆਂ ਮੋਟਰਾਂ 'ਚ ਵੀ ਰੇਤਾ ਭਰਨ ਦੇ ਨਾਲ ਉਹ ਬੰਦ ਹੋ ਚੁੱਕੀਆਂ ਨੇ, ਜਿਸ ਕਾਰਨ ਲੱਖਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਹੜ੍ਹ ਪੀੜਤਾਂ 'ਚ ਮਰੀਆਂ ਇੱਕ ਮੁਰਗੀ ਦਾ ਵੀ ਮੁਆਵਜ਼ਾ ਦੇਣਗੇ, ਪਰ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਕਿ ਇਹਨਾਂ ਪੀੜਤ ਲੋਕਾਂ ਦੀ ਸਾਰ ਲੈਣ ਕੋਈ ਵੀ ਅਧਿਕਾਰੀ ਆਖਿਰਕਾਰ ਕਿਉਂ ਨਹੀਂ ਪਹੁੰਚਿਆ। ਤਰਨ ਤਾਰਨ ਤੋਂ ਰਵੀ ਖਹਿਰਾ, ਪੰਜਾਬੀ ਲੋਕ ਚੈਨਲ।